ਤਰੀਕ ਨੂੰ ਹਫ਼ਤਾ ਇਸ ਵੇਲੇ ਆਟੋ ਆ ਕੇ 51 ਮਿੰਟ ਹੋ ਗਿਆ ਨੇ ਇੱਕ ਹੁਣ ਤਾਜ਼ਾ ਤਰੀਕ ਖ਼ਬਰ ਮਿਲੀ ਹੈ ਕਿ ਸਹੀ ਵਾਲੇ ਕਬਰਸਤਾਨ ਤੋਂ 35 ਮੁਰਦੇ ਫਰਾਰ ਹੋ ਗਏ ਨੇ ਜਿਨ੍ਹਾਂ ਤੋਂ 10 ਫੜੇ ਗਏ ਨੇ 25 ਜਲਮਾ ਵੇਖਣ ਗਿਆ ਨੇ ਪੱਤੋ ਕਿਤੇ ਜ਼ਬਾਨਾਂ ਨੇ ਅਪੀਲ ਕੀਤੀ ਕਿ ਅਗਰ ਸਾਡੇ ਕਬਰਸਤਾਨ ਟੈਲੀਵਿਜ਼ਨ ਤੇ VCR ਨਾ ਚਲਾਇਆ ਗਿਆ ਤੇ ਅਸੀਂ ਕਬਰਾਂ ਦੇ ਰਹਿਣ ਤੋਂ ਸਾਫ ਇਨਕਾਰ ਕਰ ਦੇਵਾਂਗੇ ਲਿਆਣਾ ਤੋਂ ਪਤਿਆਣਾ ਜਾਣੇ ਟ੍ਰੇਨ ਚ ਵਾਜਪਾਈ ਨੇ ਐਲਾਨ ਕੀਤਾ ਕਿ ਜਿਹੜੇ ਸਾਬਾਨਾਂ ਨੇ ਲਿਆਣਾ ਤੋਂ ਪਤਿਆਣਾ ਜਾਣਾ ਆਪਣਾ ਆਪਣਾ ਸਮਾਨ ਢਿੱਡਾਂ ਨਾਲ ਬੰਨ ਕੇ ਗੱਡੀ ਦੀ ਪਟੜੀ ਦੇ ਉੱਤੇ ਲੰਮੇ ਪੈ ਜਾਣ ਤਾਂ ਕਿ ਉਹਨਾਂ ਦੇ ਉੱਪਰ ਗੱਡੀ ਸਾਰੀ ਨਾਲ ਗੁਜ਼ਰ ਸਕੇ ਜਦ ਲਿਆਣਾ ਤੋਂ ਪਤਿਆਣਾ ਪਹੁੰਚ ਸਕਣ ਕਹਿਣਾ ਦੇ ਵਿੱਚ ਚਾਰ ਚੋਰ ਚੀਨੀ ਦੇ ਪਰਦੇ ਸ਼ਕਤੀਆਂ ਨਾਲ ਚੀਨੀ ਖਾਦੇ ਫੜੇ ਗਏ ਨੇ ਧੂੜਾਂ ਵਾਲੀ ਪੁਲ ਦੇ ਵਿੱਚ ਬਸਦਾ ਤੇ ਡੱਡੂ ਦਾ ਨੁਕਸਾਨ ਹੋ ਗਿਆ ਡੱਡੂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਤੇ ਬਸ ਚੱਕਣਾ ਚੂਰ ਹੋ ਕੇ ਖਾਈ ਜਾ ਡਿੱਗੀ ਜਿਹਦੇ ਨਾਲ ਕੁਝ ਸਵਾਰੀਆਂ ਲਾਗ ਨੇ ਜਿਹੜੀਆਂ ਜ਼ਖਮੀ ਨੇ ਉਹਨਾਂ ਨੂੰ ਤੁੰਨ ਪਰ ਵਾਲੇ ਹਸਪਤਾਲ ਜਾ ਕੇ ਇਹ ਖਬਰਾਂ ਸੁਣਾਉਣ ਨਾਲ ਸਾਡੇ ਨਾਲ ਦਾਨ ਕੀਤਾ ਠੀਕ ਮੋੜ ਤੋਂ ਸੜੀਆਂ ਰੋਟੀਆਂ ਤੇ ਸੜਿਆ ਤਵਾ ਕਸੂਰ ਤੋਂ ਕੇਟੂ ਪਗਲਾ ਥੋੜਾ ਤੇ ਮਾਚਸ ਲਾਹੌਰ ਤੋਂ ਜਤੀਮ ਮਸਕੀਨ ਪ੍ਰਵੀਨ ਦੇ ਨਾਲ ਉਹਨਾਂ ਦੀ ਬੇਬੇ ਇਹਦੇ ਨਾਲ ਇੱਕ ਵਾਰੀ ਖਬਰਾਂ ਖਤਮ ਹੋਈਆਂ ਕਿਉਂਕਿ ਮੈਂ ਜਾ ਕੇ ਡੰਗਰਾਂ ਨੂੰ ਪੱਠੇ ਵੀ ਪਾਉਣਾ ਤੇ ਨਾਲੇ ਬੱਚੇ ਵੀ ਨਹਾਉਂਦੇ ਨੇ ਪੱਟ ਲੋ ਖੰਬੇ ਪੱਟੇ ਲੋ ਅੱਗੇ ਖੇਲਾ ਨਹੀਂ 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 ਖੇਲਾ ਵੀ ਸੁਣਾ ਦਿਆ ਮਾਫ਼ ਕਰਨਾ।